ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਲੋ ਬਾਈ ਅੱਜ ਮੌਸਮ ਜਿਹਾ ਹੋ ਗਿਆ ਤਾਂ ਖਰਾਬ ਅਤੇ ਪਹਿਲਾਂ ਤਾਂ ਮੈਨੂੰ ਪ੍ਰਧਾਨ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਬਾਈ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਤੁਸੀਂ ਮੇਰਾ 1,00,000 ਸਬਸਕ੍ਰਾਈਬਰ ਹੋ ਗਿਆ ਐਡੀ ਫੈਮਿਲੀ ਹੋ ਗਈ ਆਪਣੀ ਕਿਉਂ ਪ੍ਰਧਾਨ ਜੀ ਕਿਉਂ ਅਸੀਂ ਲੱਖਾਂ ਜੀ ਕਿਉਂ ਗਏ ਹੈ ਠੀਕ ਹੈ ਨਾ ਹਾਂ ਅਸੀਂ ਲੱਖਾਂ ਗਏ ਮੇਰੇ ਦਿਮਾਗ 'ਚ ਵੀ ਨਹੀਂ ਮੈਂ 1,00,000 ਹੋ ਲਏ ਪ੍ਰਧਾਨ ਜੀ ਆਹ ਕਮੈਂਟ ਆ ਇੱਕ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਵਧਾਈਆਂ ਤੈਨੂੰ 1,00,000 ਦੇ ਮੈਂ ਕਿਹਾ ਯਾਰ ਮੈਂ ਤਾਂ ਕਿਉਂ ਹੁਣ 200-300-400 ਪਰ ਨਾ ਕੱਦਾ ਖੜਿਆ ਤਾ ਮੈਂ ਵੀ 2-3 ਦਿਨ ਦੀ ਉਮੀਦ ਲਈ ਮੈਂ ਕਿਹਾ 2-3 ਦਿਨ ਚ ਹੋਊਗਾ ਨਹੀਂ ਮੈਂ ਸਵੇਰੇ ਦੇਖਿਆ ਸੱਜ ਦੀ ਉਹ ਜਿਹੜੀ ਸਾਹਿਬ ਜੋਤ ਦੀ ਟਰਾਲੀ ਨੇ ਕਮਾਲ ਕਰਤਿਆ ਉਹਦੇ ਕਰਕੇ ਛੇਤੀ ਉਹਦੇ ਸਬਸਕ੍ਰਾਈਬਰ ਇਹਦੇ ਤਾਂ ਹੀ ਉਹ ਟਾਇਰ ਖੋਲ ਕੇ ਸਬਸਕ੍ਰਾਈਬਰ ਇਹਦਾ ਸਿੱਧੇ ਇੱਧਰ ਟਾਇਰ ਨਿਕਲੇ ਠੀਕ ਆ ਤਾਂ ਵਧ ਗਏ ਆਪਣਾ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਤੇ ਹੁਣ ਦੇਖਦੇ ਆ ਪਲੇ ਬਟਨ ਦਾ ਹਲੇ ਬਹੁਤ ਟਾਈਮ ਟੂਮ ਨਾਲ ਆਉਂਦਾ ਹਲੇ ਟਾਈਮ ਨਾ ਆਉਂਦਾ ਅਪਲਾਈ ਕਰਨਾ ਹੁੰਦਾ ਜੇ ਚਲੋ ਆਪਣਾ ਆਹ 1,00,000 ਆਪਣਾ ਬਾਈ ਆਪਣੇ ਬੰਦੇ ਜੁੜ ਗਏ ਜਿਹੜੇ ਹੈਗੇ ਜੈਨੂਅਨ ਆਪਣਾ ਕੋਈ ਤੇ ਉਹ ਨਹੀਂ ਹੈਗਾ ਬਾਈ ਠੀਕ ਹੈ ਠੀਕ ਹੈ ਜੀ ਆ ਨਹੀਂ ਤੇ ਕਈ ਬੰਦੇ ਬਹੁਤ ਉਹ ਕਰਦੇ ਆ ਧੜ ਤੇ ਪੈਸੇ ਪੂਸੇ ਦੇ ਕੇ ਉਹ ਕਰਕੇ ਵੀ ਸਬਸਕ੍ਰਾਈਬਰ ਦਾ ਹੁਣ ਆਪਾਂ ਤਾਂ ਜਿਵੇਂ ਚੱਲੀ ਗਏ ਨੋਰਮਲ ਰੱਬ ਦੀ ਕਿਰਪਾ ਨਾਲ ਉਵੇਂ ਚੱਲ ਰਿਹਾ ਬਾਈ ਤੇ ਹੋਰ ਪ੍ਰਧਾਨ ਜੀ ਆਪਣਾ ਪੜਾ ਕੇ ਵਿਹਲੇ ਹੋ ਗਏ ਸਾਡੇ ਵੱਲ ਮੀਂਹ ਪਵਾ ਤਾ ਅੱਜ ਵਿਹਲੇ ਤੇ ਹੋਏ ਹੋਏ ਆ ਪਰ ਸਵੇਰੇ ਕਿਨੂੰ ਕੱਢਦੇ ਹੁਣ ਧੁੱਪ ਜੀ ਨਿਕਲਿਆ ਜੀ ਹੁਣ ਚੱਲ ਹੁਣ ਦੇਖਦੇ ਆਉਣ ਲੱਗ ਗਏ ਫੋਨ ਵੀ ਕਰ ਵੀ ਆ ਜਾਓ ਵੀ ਆ ਜਾਓ ਭਾਈ ਚਲੋ ਅਸੀਂ ਇਹਦੇ ਕਾਮਿਆਂ ਪੇਸ਼ੇ ਨੇ ਦੂਰ ਕਰਨੇ ਆ ਇੱਕ ਮਿੰਟ ਬਦਲ ਜਾ ਥੋੜਾ ਥੋੜਾ ਹੀ ਹੁਣ ਤਾਂ ਚਲੇ ਗਿਆ ਧੁੱਪ ਨਿਕਲੀ ਹੋਈ ਆ ਚੱਲ ਪੈਣੀ ਘੰਟੇ ਤੱਕ ਮਸ਼ੀਨ ਤੇ ਜਿਹੜੇ ਤੇ ਹੋਰ ਮਾੜੀ ਮੋਟੀ ਕਮੀਆਂ ਪੇਸ਼ੀ ਤੇ ਉਹ ਦੂਰ ਕਰ ਲਈਆਂ ਤੇ ਅੱਜ ਸਰਵਿਸ ਵੀ ਕਰਤੀ ਦੀ ਥੋੜੀ ਤੜਕੇ ਰਾਤ ਤੇਲ ਕੱਢਤਾ ਦਾ ਸਾਰਾ ਆਹ ਕੱਢਿਆ ਪਿਆ ਵੈਸਾ ਤੇਲ ਉਹ ਕਹਿੰਦਾ ਠੀਕ ਹੈ ਮੈਂ ਨਹੀਂ ਬਦਲਦੇ ਇਹ ਪੁਰਾਣਾ ਪਿਆ ਵੀ ਬੰਦੇ ਆਉਣ ਤੇ ਆਏ ਸੀਗੇ ਪ੍ਰਧਾਨ ਜੀ ਫਿਰ ਆਪਾਂ ਪ੍ਰਧਾਨ ਜੀ ਕਹਿੰਦਾ ਪ੍ਰਧਾਨ ਜੀ ਵੀ ਬਾਈ ਪਾਰਟੀ ਕਹਿੰਦਾ ਵੀ ਪਾਰਟੀ ਸ਼ਾਰਟੀ ਫਿਰ ਮੈਂ ਕਰ ਦਿੰਦੇ ਹਾਂ ਪਾਰਟੀ ਤਾਂ ਬਣਦੀ ਆ ਕਿਉਂ ਨਾ ਬਾਈ ਆ ਫਿਲਟਰਾਂ ਦੇ ਤੁਹਾਡੇ ਵਿੱਚੇ ਰਹਿ ਗਏ ਪਾ ਵੀ ਦਿੱਤੇ ਤੇ ਕਿਤੇ ਤੇਲ ਲੀਕ ਕਰੀ ਜਾਵੇ ਗੋਲਿਆ ਇਹਦਾ ਕਿੰਨਾ ਕਰਾ ਦੱਤ ਪਾਉਣੇ ਆ ਨਾ ਇਹ ਤਾਂ ਰਹਿਣ ਦਾ ਤਾਂ ਕਰਕੇ ਪਾਈ ਪ੍ਰਾਣੀ ਪਾ ਦੇ ਉਹ ਜਿੰਨੇ ਉਸਤਾਦ ਆ ਉਹ ਦੇਖੋ ਬਾਈ ਆ ਦੇ ਰੋ ਬੈਠਦੇ ਬੰਦੇ ਆ ਤੇ ਕੋਈ ਕੰਮ ਨਹੀਂ ਹੈਗਾ ਚਲੋ ਮਸ਼ੀਨ ਲੈ ਕੇ ਚੱਲੋ ਧੁੱਪ ਚੜ ਗਿਆ ਦੇ ਮਸ਼ੀਨ ਦੀ ਰਾਖੀ ਰੱਖ ਦੇ ਕਿਤੇ ਇੱਕ ਮੂਹਰੇ ਪਿਆ ਹਾਂ ਵੀ ਕੋਈ ਅੱਗੇ ਪਿੱਛੇ ਕੋਈ ਲੈ ਨਾ ਜਾਵੇ ਜੇ ਇਹਨੂੰ ਕੋਈ ਤੋਰੂਗਾ ਤਾਂ ਪਹਿਲਾਂ ਇਹ ਕਹਿੰਦਾ ਮੇਰੇ ਪਰ ਡੰਗਾ ਉਹ ਤਾਂ ਤੋਰੋ ਜੇ ਪਿੱਛੇ ਤੋਰਦੀ ਉਹ ਪਿਆ ਦੇਖ ਲੋ ਆ ਲੈ ਹੁਣ ਤਾਂ ਪੁਦਾ ਬਾਈ ਲਿਸਟੋਰ ਦੀ ਪੂਰੀ ਵੱਜ ਗਈ ਫਿਰ ਪੱਖੇ ਪੁੱਖੇ ਨਾਲ ਅੜਾ ਕੇ ਐਂ ਬਣਾ ਦੇ ਗੱਲ ਇਹਨੇ ਹੁਣ ਠੀਕ ਹੈ ਪ੍ਰਧਾਨ ਜੀ ਹੁਣ ਤਾਂ ਠੀਕ ਆ ਹੁਣ ਬਈਆ ਪੰਜ ਛੇ ਥੱਲੇ ਪਿਛਲੇ ਸਾਲ ਤੇ ਪਏ ਤੇ 8 ਥੱਲੇ ਹੋ ਗਏ ਇਹ ਪੱਕੀ ਡੇਢ ਦੋ ਆਪਣਾ ਹੋ ਗਿਆ ਬਥੇਰਾ ਆਪਣਾ ਸਰ ਜਾਣਾ ਆਪਣੇ ਕਹਾਣੀ ਦਾ ਸਰ ਜਾਣਾ ਤੇ ਰਾਮ ਕਿਸੇ 2 ਥੱਲੇ ਰਹਿ ਗਏ ਹੁਣ ਇਸ ਵਾਰ ਵਾਲੇ ਉਹ ਪੌੜੀ ਥੱਲੇ ਪਏ ਚਲ ਫਿਰ ਕਰਨੀ ਕੋਈ ਗੱਲ ਤੂੰ ਰੈਸਟ ਕਰ ਲੀਵਰ ਕੱਟੇ ਤੇ ਚੱਲ ਪੈਂਦਾ ਏ ਨਾ ਕੱਟਦੇ ਤਾਂ ਰੁਕ ਜਾਂਦਾ ਏ ਜੇ ਦੱਬਦੇ ਆ ਤਾਂ ਬ੍ਰੇਕ ਛੱਡ ਦਿੰਦੀ ਹੈ ਨਹੀਂ ਤੇ ਦੱਬੇ ਤੋਂ ਲੱਗਦੀ ਹੁੰਦੀ ਬ੍ਰੇਕ ਇਹਦੀ ਛੱਡੇ ਤੇ ਲੱਗਦੀ ਹੈ ਆਹ ਕਰਤੀ ਬਾਕੀ ਹੋਰ ਸਰਵਿਸ ਵੀ ਕਰਤੀ ਇਹਦੀ ਉਹ ਆ ਵੀ ਲਾ ਲਓ ਯਾਰ ਕਈ ਵਾਰ ਹੱਥ ਉੱਤਾ ਆ ਜਾਂਦਾ ਹੁੰਦਾ ਧੱਕਾ ਕਿ ਲਾਉਣਾ ਹੀ ਨਹੀਂ ਉਹ ਉੱਥੇ ਪਿਆ ਉਹਦੇ ਵਿੱਚ ਪਿਆ
ਮਸ਼ੀਨ ਵਾਲਿਆਂ ਘਰ ਚ ਵਾਈਫਾਈ ਹੈ, ਕੁਛ ਨੀ ਚਾਹੀਦਾ ਹੈਗਾ। ਉਹ ਦੇ ਲਾ ਲਾ ਕੇ ਬੈਠਾ ਟੋਰ ਤੇ ਰਾਮ ਕਿਸ਼ਨ ਨਾ ਹੀ ਨੀ ਹਟਦੇ ਚੱਲਣ ਦੇ ਰਾਤ ਨੂੰ ਵੀ। ਦੂਆ ਤਾਂ ਰਾਜੂ ਦਾ ਆਪਣੇ ਕੋਲ ਉਹ ਵੀ ਤੇ ਇਹਦੀ ਵੀ ਬਾਈ ਬਸ ਹੋ ਗਏ। ਹੈਡ ਲੈ ਕੇ ਆਇਆ ਤਾਂ ਹੈਡ ਕਰਕੇ ਚੱਕਰ ਤਾਂ ਹੈਡ ਫਿਰ ਗਲਤ ਆ ਗਿਆ, ਨਟੇ ਨੀ ਚੜ ਰਹੇ ਹੈਗੇ ਉਹਨੂੰ। ਜਿਹਨਿਆਂ ਨੇ ਬੜਾ ਕੰਮ ਦਿੱਤਾ ਬਾਈ, ਇਹਨੇ ਬਹੁਤ ਕੰਮ ਦਿੱਤਾ। ਇਹਦੇ ਨਟ ਵੀ ਸਟਿਪ ਦੇ, ਦਸ ਨੰਬਰ ਵੀ, ਹੋਰ ਵੀ ਵਿੱਚ ਵਾਲੇ ਵੀ ਸਾਰੇ ਇਹਦੇ ਨਾਲ ਕਰਦੇ ਬਾਈ। ਮੇਰੀ ਗੱਲ ਸੁਣ, ਕੁਛ ਨੀ ਕਰਦੀ ਰੋਡ, ਜਿਹੜਾ ਨਟ ਚੜਾਉਣਾ ਨਾ ਉਹਦੇ ਵਿੱਚ ਲੋਹੇ ਵੱਢਣ ਵਾਲੀ ਆ ਰਹੀ, ਉਹਦੇ ਚਾਰੇ ਪਾਸੇ ਖਾਂਚੇ 'ਚ ਫੇਲਦਾ ਆਰਾਮ ਨਾਲ ਨਟ ਚੜ੍ਹ ਜਾਣਾ। ਕੋਈ ਲੋੜ ਨਹੀਂ ਕਿ ਲੈ ਕੇ ਫਰੀ ਜਾਣਾ, ਫਰੀ ਚੱਲੋ ਵੀ ਚੱਕ ਦੀ। ਮੈਂ ਤਾਂ ਕਹਿੰਦਾ ਨਹੀਂ ਹੁੰਦਾ, ਜਿਹੜਾ ਕੰਮ ਕਰਦਾ ਅਗਲਾ ਕਹਿੰਦਾ ਫਿਰ ਜ਼ਿਆਦਾ ਫੋਨ ਮਾਰ। ਕਿਵੇਂ ਕਿਵੇਂ ਦੱਸ, ਇਹਦੇ ਵਿੱਚ ਨਾ ਜਿਹੜੇ ਨਟ ਚੜ੍ਹਾਉਣੇ ਆ ਉਹਦੇ 'ਤੇ ਆਰੀ ਕਮਰ ਉਹ ਕਰ ਲਓ, ਆਰੀ ਫੇਲ ਲਓ ਆਰਾਮ ਨਾਲ। ਉੱਪਰੇ ਨਹੀਂ ਬੈਠ ਰਿਹਾ ਹਾਲੇ ਵੀਰੇ, ਬੈਠੂਗਾ ਯਾਰ ਉਹ ਜੇ ਮੈਂ ਬਿਠਾ ਦੇਵਾਂ ਫਿਰ ਟਾਲਾ ਸ਼ਰਤ। ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਵੀ ਜੇ ਖੁੱਲ੍ਹ ਵੀ ਜਾਵੇ ਤਾਂ ਕਹਿ ਦੀ, ਪੂਰਾ ਸੀਜ਼ਨ ਯਾਦ ਕਰੋਗੇ। ਅੱਡੀ ਗਰੰਟੀ ਦੇ ਰਿਹਾ ਫਿਰ ਤਾਂ ਚੱਲ, ਤੈਨੂੰ ਹੌਸਲਾ ਦਈਏ ਮਾੜਾ ਜਿਹਾ, ਤੈਨੂੰ ਮੌਕਾ ਦਿੰਦੇ। ਸ਼ਰਤ ਲਾ ਪਹਿਲਾਂ, ਦੋ ਨਟ ਦਾ ਚੜਾ ਦੇ ਔਖੇ ਸੋਖੇ, ਦੋ ਨਹੀਂ ਚੜ ਰਹੇ। ਉਹ ਵੀ ਚੜਦਾ ਬਾਈ ਹੈ, ਇਹ ਵੀ ਚੜਦਾ, ਉਰੇ ਵੀ ਆ ਵੀ ਚੜਦਾ, ਚੜਦਾ ਤਾਂ ਇਹਨੂੰ ਵੀ ਖੜਦਾ, ਮੈਨੂੰ ਕਰ ਲੈਣ ਦੇ ਇਹਦੇ ਨਾਲ ਕਰ ਦੇਣੇ ਬਾਈ। ਇਹਦੇ ਨਾਲ ਤਾਂ ਜ਼ਿਆਦਾ ਜ਼ੋਰ ਪੈਂਦਾ ਆ, ਉਹਦੇ ਨਾਲ ਪਾਣੀ ਨਾਲ ਕਰਿਆ ਕਰੋ। ਹਾਂ ਇਹਨੇ ਮਸ਼ੀਨ ਮਸ਼ੀਨ ਨੇ ਬਾਈ ਤੇਲ ਦੇਈ ਬਾਈ ਇਹਨੂੰ ਮਾੜਾ ਜਿਹਾ ਮਗਲੈਲ ਜਾ, ਇਹਦਾ ਚੂੜੀ ਨਵੀਂ ਬਣਾਈ ਬਾਈ, ਹੋਰ ਕੁਛ ਨਹੀਂ। ਉਹੀ ਤਾਂ ਕਹਿੰਦਾ ਸੀ ਤੈਨੂੰ ਮੈਂ ਵੀ ਇਹਦੇ ਵਿੱਚ ਖਰਚਾ ਤੇ ਆਰੀ ਦਾ ਪਲੇਟ ਫੇਰਦਾ, ਚੂੜੀ ਨਵੀਂ ਬਣ ਜਾਂਦੀ ਹੁੰਦੀ ਹੈ। ਪੁੱਛੋ ਸਾਡੇ ਕੋਲੋਂ ਯਾਰ, ਅਸੀਂ ਬਜ਼ੁਰਗ ਇੰਨੇ ਬੜੇ ਹੋ ਚੱਲੇ ਮੈਂ ਇਹੀ ਕੰਮ ਦੇ ਵਿੱਚ। ਹੁਣ ਮੇਰੀ ਸ਼ੀਸ਼ੀ ਕਿੱਥੇ ਆ, ਚੁਗੜੀ ਕਿੱਥੇ ਆ, ਚੁਗੜੀ ਲੈ ਕੇ ਦੇ। ਬਾਈ ਮੜੀ ਚੂੜੀ ਚੜਵਾ ਦੇ ਚਾਹੇ ਕਿਸੇ ਨੂੰ, ਫਿਰ ਮਸ਼ੀਨ ਨਾਲ ਆਪੇ ਉਹ ਕਰ ਲੈਣਾ। ਚੜਿਆ ਨੀ, ਉੱਠਾ ਮੈਂ ਲਿਆਓ ਜੀ ਚੜਾ ਦੇਵਾਂ। ਉੱਠੋ ਮੈਂ ਪਏ ਪਏ ਕਰੀ ਜਾਂਦੇ ਤੁਸੀਂ ਨਾ, ਇਹ ਹੈਡ ਨੀ ਹਿੱਲਦਾ। ਗਲਤੀ ਹੋ ਗਈ ਬਾਈ, ਅੱਗੇ ਤੇ ਜੇ ਲੈ ਕੇ ਜਾਣਾ ਹੈਡ ਹੋਲਡਰ ਲੈਣਾ ਆਵੇ ਨਾ, ਆਪਣਾ ਨਟ ਚੜਾ ਕੇ ਲੈ ਕੇ ਆਵੇ, ਚੜਾ ਕੇ ਲੈ ਕੇ, ਚੂੜੀਆਂ ਨਹੀਂ ਠੀਕ ਹੁੰਦੀਆਂ। ਗਲਤੀ ਤਾਂ ਪੂਰੇ ਰਿਪੇਅਰ ਦੇ ਵਿੱਚ ਬਾਈ ਨੇ ਬਹੁਤ ਕਰੀਆਂ, ਕਿਆ ਕਿਆ ਸਮਝਾਈਏ ਹੁਣ। ਉਹ ਮੇਰੀ ਗੱਲ ਤਾਂ ਨਹੀਂ ਹੈਗੀ ਇਹ, ਹੁਣ ਆਪਾਂ ਤਾਂ ਲਿਆਉਂਦੇ ਆ ਬਾਈ, ਹੈਡ ਕਿਤੇ ਪਹਿਲੀ ਵਾਰ ਰਹੇ ਆ, ਪਰ ਆਇਆ ਵੀ ਫਿਰ ਵੀ ਦੇਖਣਾ ਆਪਣਾ ਫਰਜ਼ ਬਣਦਾ ਵਾ। ਹੁਣ ਉਹ ਲਿਆ ਯਾਰ ਪਰੇਡ ਉਹ ਵੀ ਦੇਖਣਾ ਹੋਰ ਮੈਨੂੰ ਦੇਖਣੀ ਅੱਜ।
ਚੂੜੀ ਬਣ ਗਈ ਨਵੀਂ ਇਹਦੀ ਲੈ ਬਾਈ ਅਭੀ ਖੋਲ ਦੋ ਜੀ ਇਹਨੂੰ ਕਹੀਂ ਰੱਖੇ ਗੱਬੇ ਵਾਲੇ ਦਾ ਮੰਨਦੇ ਆ ਹੁਣ ਤਾਂ ਗੁੱਡ ਮੰਨਦੇ ਆ ਮੰਨਦੇ ਮੰਨ ਗਏ ਲੈ ਦੱਸ ਕੱਦਾ ਦੇਖਦਾ ਇਹਨੂੰ ਮੈਂ ਕਿਹਾ ਲਾਟਰੀ ਦੇਖਣਾ ਸਾਰੇ ਜਣੇ ਪੰਗੇ ਲੈਣ ਲੱਗੇ ਹੋਏ ਮੈਂ ਕਿਹਾ ਜੇ ਮੈਂ ਬੋਲਿਆ ਤਾਂ ਕਹਿੰਦਾ ਤੁਸੀਂ ਬੜਾ ਫੋਰਮੈਨ ਮਾਰਦੇ ਮੈਂ ਤਾਂ ਕਰਕੇ ਬੋਲਦਾ ਨਹੀਂ ਹੁੰਦਾ ਕਿਤੇ ਕੰਮ ਦੇ ਅੱਛਾ ਮੈਂ ਕਿਹਾ ਤੇਰੇ ਫੋਰਮੈਨ ਕਾਹਦੇ ਕਹਿੰਦੇ ਆ ਕਿਤੇ ਗੱਲ ਕਰਕੇ ਕਹਿੰਦੇ ਆ ਆ ਕੀ ਫੋਰਮੈਨ ਨਹੀਂ ਕੰਮ ਚਲੋ ਜੀ ਇਹਨੂੰ ਗੇੜਾ ਕਾਹਦੇ ਦੇਖਣਾ ਜਿਉਂਦੇ ਤੇ ਆਪੜਾ ਆ ਪਾਚੋ ਗੇੜਾ ਵੀ ਦੇਖ ਚਲੋ ਜੀ ਭਲਾ ਕਿੱਥੇ ਕਰਦਾ ਹੈਗਾ ਉਹ ਕਰਦਾ ਆਉ ਤੋ ਜੀ ਬਾਈਆਂ ਫੋਰਮੈਨ ਨਹੀਂ ਕਰਦਾ ਤਾਂ ਕਰਕੇ ਯਾਰ ਤੋ ਬੁੱਝ ਰਹੀ ਵੇ ਰੁਬੇ ਲੈ ਬਾਹਰ ਆ ਕਰਨ ਦੋ ਜੋ ਕਰਦਾ ਹਾਂ ਜੀ ਗਿੱਠ ਕੇ ਆ ਜਾ ਹੁਣ ਬਾਈ ਬਾਹਰ ਨੂੰ ਸਾਰਾ ਬਾਜ਼ਾਰ ਗਿਆ ਪਿਪੜੀਆ ਤੱਕ ਘੁੰਮਿਆ ਸਾਨੂੰ ਬੈਲਟ ਨਹੀਂ ਮਿਲੀ ਹੈਗੀ ਰੱਸੀ ਬੰਨ ਕੇ ਚਲਾ ਸੀ ਬੈਲਟ ਉਹ ਹਜੇ ਤੱਕ ਚੱਲਦਾ ਅਸਲ ਤੇਰੇ ਚ ਗੁਣ ਬਹੁਤ ਹੈ ਤਾਂ ਹੀ ਘਸ ਗਿਆ ਤੂੰ ਕਿਉਂ ਬੜੇ ਨਹੀਂ ਸਰੀਰ ਮੇਰਾ ਬਣਦਾ ਹੀ ਨਹੀਂ ਮੈਂ ਖੂਨ ਜਿਹਾ ਖੜਾ ਹੋ ਜਾਂਦਾ 6 ਫੁੱਟ ਪਰ 5.5 ਫੁੱਟ ਪਰ ਆ ਗਿਆ ਜੀ ਸਰੀਰ ਮੇਰਾ ਬਣਦਾ ਨਹੀਂ ਕੁਛ ਮੈਂ ਬਿਮਾਰ ਹੋ ਗਿਆ ਤੇ ਐਂਟੀ ਐਡ ਕਿਤੇ ਬਾਲੀ ਬੁਰਾ ਹਾਲ ਹੋ ਗਿਆ ਐਡ ਕਿਤੇ ਬਸ ਟਾਈਮ ਇਦਾਂ ਦਾ ਹੋ ਗਿਆ ਵੀ ਮੈਂ ਬਾਈ ਨੂੰ ਵੀ ਜਵਾਬ ਦੇ ਦਵਾਂ ਭਾਵੇਂ ਮੈਂ ਕੰਮ ਨਹੀਂ ਕਰਨਾ ਬਾਈ ਕੋਲ ਜਵਾਬ ਵਾਲੀ ਆਉਂਦੇ ਸਾਰੇ ਪਰ ਉਹ ਭੱਜ ਗਿਆ ਕਮੈਨ ਵਾਲੇ ਪਿਛਲੇ ਸਾਲ ਉਹ ਭੱਜ ਗਏ ਰੁਪਿਆ ਇੱਕ ਨੀ ਪਵਾਇਆ ਅਗਲੇ ਕੋਲ ਜਾ ਕੇ ਸੀਜ਼ਨ ਲਾ ਕੇ ਆਇਆ ਅਗਲੇ ਨੇ ਪੈਸੇ ਹਜੇ ਤੱਕ ਨੀ ਦਿੱਤੇ ਜਾਣੀ ਪੈਸੇ ਲਮਕਾਏ ਹੋਏ ਆ 5-7 ਹਜ਼ਾਰ ਰੁਪਇਆ ਬਾਕੀ ਦਾ ਚੈੱਕ ਆ ਚੈੱਕ ਤੇ ਸੈਨ ਕਰਾ ਕੇ ਚੈੱਕ ਚੁੱਕ ਆਇਆ ਹੋਇਆ ਆ ਬਾਕੀ ਦੇਖਦੇ ਹੁਣ ਉਹਦੀ ਕਿਆ ਕਿਸਮਤ ਹੁਣ ਉਹ ਬਣਾਉਂਦਾ ਮੂੰਗੀ ਚ ਜੇ ਬੰਦਾ ਇਸ ਵਾਰ ਪੈਸਿਆਂ ਨੂੰ ਸਹੀ ਰਿਹਾ ਤਾਂ ਜਾਵਾਂਗੇ ਨੇੜੇਕੇ ਦਾ ਬੰਦਾ ਹਰੇਕ ਵਾਰ ਆਏ ਜਾਂਦਾ ਆ ਜੇ 100 ਦਿਨ ਤੋੜਦਾ ਉੱਠਿਆ ਚੀਨੇ ਕੱਲ ਠੀਕ ਦਾ ਬਾਈ ਪ੍ਰਧਾਨ ਇਹ ਕੱਲ ਦਫ਼ਤਰ ਬਾਈ ਪਾਸਪੋਰਟ ਤਾਂ ਲਾਗਾ ਬੜਾ ਥੱਪੇ ਫੇਰੇ ਹੋ ਗਿਆ ਜੇ ਇਹਨੂੰ
ਕੰਮ ਕਰਾ ਕੇ ਮੇਰੇ ਉੱਠ ਕੇ ਆਓ ਰੇ ਫਿੱਕਾ ਫਿੱਕਾ ਲਿਖਿਆ ਹੋਇਆ ਚੱਲ ਫਿਰ ਮਾੜਾ ਕਾਇਮ ਜਾ ਚਾਹ ਬਣਾ ਕੇ ਚੱਲੀਏ ਨਟ ਉਰੀ ਦਾ ਬਾਕੀ ਨਟ ਬਦਲ ਗਿਆ ਵਾ ਤੈਨੂੰ ਦੱਸ ਤਿਆ ਰੱਖਿਆ ਮੈਂ ਕਰੀ ਯਾਰ ਤਜਰਬਾ ਲੈ ਮੜਾ ਚੜਾ ਬਾਕੀ ਦਾ ਕੰਨ ਚੜਾ ਦਾ ਮੜਾ ਸੱਟ ਮਾਰ ਜਾ ਉੱਪਰ ਮੜਾ ਇਹਦਾ ਚੜ ਗਿਆ ਚੜ ਗਿਆ ਟੁੱਟਣਾ ਨੀ ਚਾਹੀਦਾ ਇਹਦੇ ਨਾਲ ਦੇ ਜੀ ਉਹ ਬੈਠ ਕੇ ਪਤਾ ਤਾਂ ਨਹੀਂ ਨੀ ਤਾਂ ਪਤਾ ਲੱਗ ਗਿਆ ਭਾਈ ਵੀ ਚੱਲ ਰਿਹਾ ਨਾਲ ਨਾਲ ਇਹਦੇ ਉਹ ਬੈਠ ਕੇ ਲਾਉਂਗਾ ਕਹਿੰਦੇ ਚਾਬੀ ਪਾ ਚਾਬੀ ਬਈ ਚਾਬੀ ਨਾਲ ਕਿਹੜਾ ਇਹਦਾ ਇਹ ਵਾਲਾ ਢੋਲ ਵੱਜਦਾ ਪੁੱਛੋ ਦਿਮਾਗ ਬਹੁਤ ਲੱਗ ਗਿਆ ਨੀਂਦ ਨੀ ਆਈ ਰਾਤ ਸਾਰੀ ਰਾਤ ਸੋਚਦਾ ਰਿਹਾ ਮੈਂ ਕਿੱਥੋਂ ਲੱਗੂ ਟਾਪਾ ਕਿਆ ਕਰੂੰਗਾ ਇਹਦਾ ਸਾਰੀ ਰਾਤ ਕਿਆ ਕਰਿਆ ਤੁਸੀਂ ਜੇ ਸੋਚੋ ਜੀ ਕਪੜਾ ਕਰਦਾ ਮੈਨੂੰ ਟਾਪੇ ਚ ਕਪੜਾ ਲਾਤਾ ਏ ਨਾਲ ਤਾਂ ਨਹੀਂ ਹੈਗਾ ਟਾਪਾ ਇਹ ਬਰਾਬਰ ਦੇਖ ਲਿਆ ਤੂੰ ਮਿਲਾ ਕੇ ਹੋ ਗਿਆ ਪਲੇਟਾਂ ਪਲੂਟਾਂ ਦਾ ਹੈਡ ਵੀ ਫਿਰ ਕੰਮ ਕੀ ਕਰਦੇ ਕਰਦੇ ਗੱਲੂ ਬਾਈ ਕਿ ਤੇਰਾ ਨੰਬਰ ਨਾਲ ਰਹਿ ਗਿਆ ਕਸਮ ਨੂੰ ਉਹ ਕਸਣਾ ਹੈ ਅੰਦਰ ਪਾਇਆ ਉਹ ਕਸ ਨਹੀਂ ਬਣਾਇਆ ਅਤੇ ਬਾਕੀ ਉਹ ਚਲਾ ਕੇ ਦੇਖਦੇ ਹਾਂ ਬਾਸਕਟ ਦਾ ਵੀ ਥੋੜ੍ਹਾ ਥੋੜ੍ਹਾ ਪਲੇਟ ਉੱਧਰ ਉੱਧਰ ਲੱਗਦਾ ਤਾਂ ਉਹ ਵੀ ਤੇਰਾ ਨੰਬਰ ਵੀ ਲੋਕੀ ਗਏ ਟਰੈਕਟਰ ਉਹਦੇ 'ਚ ਹੈਗਾ ਮੈਂ ਚਾਬੀਆਂ ਦੇ ਦਿੰਦੇ ਹਾਂ
ਫੇਰ ਹੋ ਗਿਆ ਲੱਗਦਾ ਨਾ, ਚਲੋ ਫੇਰ ਹੋ ਗਿਆ ਜੀਨਾ ਬਾਈ ਕਿੱਥੇ ਗਿਆ ਹੁਣ? ਉਹ ਅੰਦਰ ਪੈ ਗਏ। ਅੱਛਾ ਉਹ ਅੰਦਰ ਪੈ ਗਏ। ਉਹਦੇ ਥੱਲੇ ਬਾਸ਼ਨ ਰੱਖ ਹੋ ਜਾਣਗੀਆਂ ਦਾਬ ਦੇ ਥੱਲੇ, ਦਾਬ ਉੱਪਰ ਚੱਕ ਤੋਂ ਥੋੜ੍ਹੀ ਦਾਬ ਦਾ ਕੁਛ ਨਹੀਂ ਹੁੰਦਾ ਜੀ। ਨਟ ਬੜੇ ਆ ਨਾ, ਉਹ ਪਾਲੇ ਨਟ ਛੋਟੇ ਆ, ਟੋਪੀਆਂ ਬੜੀਆਂ ਘਰ ਜਾ ਕੇ ਬਾਈ।
ਵਧੀਆ ਜੀ। ਪਲੇਟ ਤੇ ਤੇਲ ਪਾ ਲਓ, ਪਲੇਟ ਰੇਟ ਆਵਾਜ਼ ਕਰਦਾ ਠੀਕ ਆ, ਪਲੇਟ ਆਵਾਜ਼ ਕਰਦਾ ਆਵਾਜ਼ ਕਰ ਦਿੰਦਾ। ਹਾਂਜੀ ਫੋਰਮੈਨ ਜੀ ਕਿੱਦਾਂ? ਇੱਕ ਹੋਰ ਹੈ ਖਾਲੀ ਕਰਦੇ, ਜਦੋਂ ਆਪਾਂ ਚੱਲ ਪੈਂਦੀ ਹੈ ਨਾ ਆਵਾਜ਼ ਬੰਦ ਹੋ ਜਾਂਦੀ, ਬੰਦ ਹੋ ਜਾਂਦੀ। ਫੜ ਜਾਣਾ ਤਾਂ ਚੱਲ ਪਰ ਚੱਲ ਕੇ ਆਏਗਾ ਲੋਕ ਰਾਤ ਨੂੰ ਇਹੀ ਲਾ ਕੇ ਪੈ ਜਾਓ। ਉਹਦੇ ਬਾਅਦ ਹੁਣ ਚੌਂਦੀ ਨਵੇਂ ਨਵੇਂ ਆ ਜਾਂਦੇ ਪਤਾ ਹੀ ਆ, ਮੱਛਰ ਲਾ ਦੂ ਮਾਰਨਾ ਮੱਛਰ ਫੋਨ ਕਰ ਦਿਓ ਮੈਂ ਚਲੇ ਆ ਜਾਣਾ ਜੀ। ਹੁਣ ਮੈਂ ਘਰੇ ਹੁਣ ਮੈਂ ਕਿਤੇ ਨਹੀਂ ਜਾਂਦਾ ਹੈਗਾ, ਕੰਮ ਆਪਣਾ ਨਿਬੜ ਗਿਆ। ਹਾਂਜੀ ਹੁਣ ਮੈਂ ਫ੍ਰੀ ਹਾਂ, ਠੀਕ ਹੈ ਨਾ। ਇਹਦਾ ਕੰਮ ਹੈਗਾ ਤਾਂ ਮੇਰੇ ਆਪਾਂ ਕਿਹੜੇ ਰੱਖ ਫਸਾਉਣਾ ਆ ਕੇ, ਇਹ ਤਾਂ ਉਹਨੂੰ ਹੁੰਦਾ ਨਵੇਂ ਨਵੇਂ ਬੰਦੇ ਨੂੰ ਹੁੰਦਾ ਵੀ ਕੋਈ ਪੰਗਾ ਦਾ ਨੇਰ ਪਿਆ ਕੇ ਪੱਧਰੀ ਚੱਲਦੀ ਬੈਡ ਸ਼ੀਟ ਜਾਂਦੀ ਵੀ ਨੀ ਖੋਲ ਕੇ ਬੱਦਲ ਨੂੰ ਦੇਖ ਕੇ ਮਨ ਤਾਂ ਯਾਰ ਮੀਂਹ ਜਾਣ ਲੱਗ ਗਿਆ, ਗੱਡੀ ਚ ਪਿਆ ਕਦੇ ਉੱਥੇ ਪਈ ਨਾ ਬੰਦੀ ਕਦੇ ਉਹ ਗੱਡੀ ਅੰਦਰ ਜਾ ਕੇ ਪੈ ਗਏ ਕਮਰੇ ਚ। ਮੈਂ ਆਪ ਗੱਡੀ 'ਚ ਪੈ ਗਈ ਸਾਰੀ ਚਾਬੀ ਨੂੰ, ਮੈਂ ਏ ਸੀ ਲਾ ਕੇ ਸਟਾਰਟ ਕਰ ਦਿੱਤਾ। ਚਲੋ ਠੀਕ ਹੈ, ਪਰਾਂ ਲਾ ਦਿੰਦਾ ਆਪਾਂ ਅਸੀਂ ਨੂੰ। ਲਓ ਜੀ ਅਤੇ ਬੱਦਲ ਫੁੱਲ ਹੋਇਆ ਹੋਇਆ ਅਤੇ ਰਿਪਰ ਉਰੇ ਲਾ ਦੇਣਾ ਹੁਣ। ਕਿਣੀਆਂ ਜਿਹੀਆਂ ਫੇਰ ਆ ਗਈਆਂ। ਹਾਂਜੀ ਕਰਦਾ ਲੋ।
ਇੱਧਰ ਲਾ ਦੀ ਰਿਪਰ ਇੱਧਰ ਲਾ ਦਿਆ ਲਓ ਜੀ ਬਾਈ ਪ੍ਰਧਾਨ ਜੀ ਸਭ ਤੋਂ ਪਹਿਲਾਂ ਵਧਾਈਆਂ ਦੇਣ ਆਏ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਫਿਰ ਬਾਕੀ ਪਰਿਵਾਰ ਕਾਲੇ ਦਾ ਬਹੁਤ ਬੜਾ ਹੋ ਗਿਆ ਭਾਈ ਲੱਖ ਬੰਦਾ ਹੋ ਗਿਆ ਠੀਕ ਨੀ ਗੱਲ ਜੀ ਤੇ ਬਾਕੀ ਬੰਦੇ ਇਹ ਆਪਣੇ ਬੰਦੇ ਵੀ ਅੱਜ ਮੌਸਮ ਕਰਕੇ ਕਹਿੰਦੇ ਠੰਡਾ ਮੌਸਮ ਆ ਕੁਝ ਕਰ ਲੈ ਬਾਈ ਮੈਂ ਦੱਸੋ ਕਿਆ ਖਾਣਾ ਪੀਣਾ ਕਹਿੰਦੇ ਕੋਈ ਖਾ ਪੀ ਜਾਂਦੇ ਮੈਂ ਇੱਥੇ ਬਣਾ ਲਓ ਭਾਈ ਮੁਰਗਾ ਜੁਰਗਾ ਜਿਹੜੇ ਹੈ ਕਿ ਨਹੀਂ ਹੁਣ ਦੇਸੀ ਚੈਫ ਨੂੰ ਕਰਾਂ ਤਾਂ ਕਹਿੰਦਾ ਮੈਂ ਆਇਆ ਠੀਕ ਹੈ ਅੱਛਾ ਤੇ ਪ੍ਰਤਾਪ ਬਾਈ ਨੇ ਦੁੱਬ ਬੜਾ ਦੀ ਭਾਈ ਇੱਧਰ ਮੈਂ ਚਲੋ ਠੀਕ ਠੀਕ ਕਹਿੰਦੇ ਬੰਦੇ ਕਹਿੰਦੇ ਕਹਿੰਦੇ ਹਰਦੇ ਕਹਿੰਦੇ ਕਹਿੰਦੇ ਫੇਰ ਕਰਦੇ ਆ ਬਾਪੂ ਦੇ ਪਹਿਲਾਂ ਲਾਈਵ ਹੋਏ ਬਾਅਦ ਨੀ ਹੋਇਆ ਖਾਸੀ ਦੇਰ ਹੋ ਗਿਆ ਪ੍ਰਧਾਨ ਜੀ ਨੂੰ ਠੰਡਾ ਰਾਜੇ ਬਾਈ ਨੂੰ ਬਾਕੀ ਜੇ ਤਾਂ ਕਿਤੇ ਬਾਈ ਨੇ ਫਿਰ ਰਸਤਾ ਨੀ ਤਾਂ ਥੋੜਾ ਜਿਹਾ ਖੇਤ ਨੂੰ ਜਾਣੇ ਨੂੰ ਜਿਹਦੇ ਅੱਜ ਰਾਜੇ ਬਾਈ ਦੀ ਕਣਕ ਵੱਢਣੀ ਸੀ ਫਿਰ ਉੱਥੇ ਉਹ ਕਰਨਾ ਤਾ ਪਾਰਟੀ ਸਾਡੇ ਮੈਂ ਕੋਈ ਨੀ ਬਾਈ ਫਿਰ ਬੰਦੇ ਸਾਡੇ ਕੇ ਕਹਿੰਦੇ ਇਹਨੇ ਫੇਰ ਕਰਨੀ ਅੱਜ ਤਾਂ ਸਾਨੂੰ ਪਾਰਟੀ ਆ ਬਾਈ ਨੇ ਤਾਂ ਹੁਣ ਖਾਂਦੇ ਨੀ ਮੈਂ ਕਿਹਾ ਬਾਈ ਤਰੀ ਤਰੀ ਦੇਖ ਲੋ ਹੁਣ ਤਾਂ ਮੁੱਦ ਤਾਂ ਲੰਘ ਗਿਆ ਤਰੀ ਨਾਲ ਤਾਂ ਫਿਰ ਆਏ ਮੈਨੂੰ ਹੁਣ ਮੋਟਾ ਵੀ ਆਉਣ ਦੇ ਨਹੀਂ ਹੁਣ ਤਾਂ ਲੰਘ ਗਿਆ ਟਾਈਮ ਜਿਹਨੇ ਆਪਣਾ ਸਮਾਨ ਲੈਣ ਗਿਆ ਪਹਿਲਾਂ ਉਹ ਕਰ ਗਿਆ ਕਹਿੰਦਾ ਮੈਨੂੰ ਤਾਂ ਇੱਕ ਨਹੀਂ ਫੜਾ ਦੇ ਕੈਸ਼ ਮੇਰੇ ਮੈਂ ਕਿਹਾ ਮੈਂ ਫੜਾ ਦੇ ਮੈਂ ਕਿਹਾ ਲੈ ਜਾ ਹੁਣ ਕਹਿੰਦਾ ਮੇਰੇ ਬਰਗਰ ਮਜ਼ਾ ਫੜ ਲਿਆ ਫਿਰ ਬਰਗਰ ਲੈਣ ਭੇਜੇ ਪਿਆ ਪਹਿਲਾਂ ਪਤਾ ਨੀ ਤਾਂ ਨਹੀਂ ਉਹਨਾਂ ਨੂੰ ਵੀ ਨਾਲੇ ਲਿਆਉਣਾ ਤਾਂ ਕਣਕ ਦਾ ਮੈਂ ਕਦੇ ਅੱਧੇ ਕਿੱਲੇ ਚ ਦੇਖਿਆ ਨੀ ਹੈਗਾ ਵੀ ਟੈਂਕ ਭਰਦਾ ਉੱਪਰ ਨੂੰ ਕੱਢਤਿਆ ਦੇਖ ਲਾ ਤੂੰ ਜੇ ਉਹ ਮੋਟੀ ਮੋਟੀ ਐਡੀ ਐਡੀ ਫੁੱਲੀ ਹੋਈ ਕਣਕ ਤਾਂ ਨਿਕਲਿਆ ਉੱਪਰ ਨਹੀਂ ਮੈਂ ਕਿਹਾ ਤੂੰ ਮੈਨੂੰ ਆੜਤੀ ਤੇ ਵੀ ਗਾਲਾ ਪਵਾਉਂਗਾ ਆੜਤੀ ਆੜਤੀ ਵੀ ਕਹਿੰਦਾ ਅੱਜ ਮੈਂ ਲਿਖ ਜਾਣੀ ਸੀ ਕਹਿੰਦਾ ਫੁੱਲਣੀ ਪੈਣੀ ਜੇ ਇਹ 20 ਮਿੰਟ ਫੁੱਲੀ ਆਹੋ ਫਿਰ ਤਾਰ ਕੇ ਇੱਕ ਵਾਰੀ ਖਰਾਬ ਤਾਂ ਮੁੜ ਕੇ ਫੇਟ ਵਾਲੀ ਭਾਨੀ ਹੁਣ ਉਹ ਕਹਿੰਦਾ ਦੋ ਦਿਨ ਨਾ ਲਿਖੇ ਜੋਰ ਬਹੁਤ ਲੱਗਦਾ ਹੁਣ ਮੈਂ ਤੈਨੂੰ ਦੱਸਾਂ ਹੁਣ ਫਸਲ ਬਾੜੀ ਕਿਸੇ ਦੀ ਵੀ ਮਾੜੀ ਨੀ ਹੈਗੀ ਪੂਰਾ ਜੋਰ ਲਾ ਕੇ ਕਰਦਾ ਚਲੋ ਪਾਓ ਤੁਸੀਂ ਕੀ ਕਰਦੇ ਬੈਠ ਗਏ ਦੁਪਹਿਰੇ ਵੀ ਪ੍ਰਧਾਨ ਦੁਪਹਿਰੇ
ਉਹ ਆ ਗਿਆ ਤੂੜੀ ਵਾਲੇ ਮਸ਼ੀਨ ਦਾ ਡਰਾਈਵਰ ਹੈਡ ਨੇ ਬੋਲ ਲਿਆ ਉਹ ਹੈਡ ਨੇ ਹਲ ਜਾ ਉਹ ਹੈਡ ਨੇ ਹਲ ਜਾ ਨਟਾ ਨੇ ਦੇਖ ਲੈ ਕਿਆ ਨਵਾਂ ਸਮਾਨ ਲਿਆ ਵੇ ਹਾਂ ਪ੍ਰਧਾਨ ਜੀ ਨੂੰ ਪੁੱਛ ਲੈ ਕਿਆ ਹਾਂ ਤੂੰ ਤਾਂ ਪਹਿਲਾਂ ਆ ਲਿਆ ਸੀ ਨਾ ਵੀਡੀਓ ਬਣਾ ਲਈ ਦੀ ਆਪਾਂ ਤੁਹਾਨੂੰ ਤੇ ਵੱਡ ਵਧਾਈਆਂ ਦੇ ਗਿਆ ਕਿਉਂ ਮੈਂ ਸਵੇਰ ਦੇ ਵਧਾਈਆਂ ਚੜ੍ਹਦੀਆਂ 7 ਵਜੇ ਦੀਆਂ ਤਾਂ ਹੀ ਤਾਂ ਬਾਈ ਅਸੀਂ ਉਹ ਕਰਿਆ ਵੀ ਲੈ ਬਾਈ ਪ੍ਰਧਾਨ ਨੇ ਨਾਲੇ ਸਪੈਸ਼ਲ ਪ੍ਰਧਾਨ ਸਾਹਿਬ ਤੇ ਪਹਿਲਾਂ ਆਇਆ ਨਾ ਕੋਈ ਗੱਲ ਨਹੀਂ ਬੜੇ ਹੁੰਦੇ ਆ ਜੇ ਦੇਖਦੇ ਭਾਈ ਤਾਂ ਅਸੀਂ ਵੱਧਦੇ ਠੀਕ ਨਹੀਂ ਗੱਲ ਇੱਜ਼ਤ ਮਾਣ ਅਗਲੇ ਦੀ ਕਰੀ ਦੀ ਆ ਨਹੀਂ ਐ ਤਾਂ ਬਾਈ ਦੇਖ ਖਾ ਪੀ ਲਈ ਖਾ ਲੋ ਬਾਈ ਖਾ ਲੋ ਕਹਿੰਦੇ ਖਾ ਲੋ ਖਾ ਲੋ ਦੱਸ ਤੂੰ ਵੀ ਖਾ ਲਾ ਮੈਂ ਨੀ ਖਾਣਾ ਹੈਗਾ ਲੈ ਬਾਈ ਇੱਕ ਚੱਕ ਦਿੰਦਾ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੁਹਾਡਾ ਫੇਰ ਦੁਬਾਰ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨਾਂ ਨੇ ਹਜੇ ਤੱਕ ਵੀ ਨਹੀਂ ਕਰਿਆ ਹਲੇ ਕਈ ਬੰਦੇ ਹੈਗੇ ਆ ਜੇ ਬਹੁਤ 40% ਬੰਦੇ ਨੇ ਨਹੀਂ ਕਰਿਆ ਵਾ ਵੀਡੀਓ ਦੇਖਦੇ ਜਿਹੜੇ ਹਾਂ ਸਾਡੇ ਲੱਕੀ ਨਾ ਦੀ ਬਾਈ ਨਾ ਦੀ ਵਧੀਆ ਉੱਥੇ ਦੁਕਾਨ ਆ ਚੱਲਦੀ ਵਾਧੂ ਆ ਕਿਰਪਾ ਰੱਖੇ ਰੱਬ ਵੇਖਣਾ ਹੀ ਅੱਧਾ ਘੰਟਾ ਹੋ ਗਿਆ ਇਹਨੂੰ ਗਏ ਨੂੰ ਹੈ ਜਿਹਨੇ ਨਾ ਨਾ ਵਧੀਆ ਬਾਈ ਸਮਾਨ ਵਧੀਆ ਬਾਈ ਹਾਂ ਤਾਂ ਹੀ ਉਹ ਹੁੰਦਾ ਸਹੀ ਗੱਲ।